ਜਦੋਂ ਬਾਬਾ ਜਵਾਲਾ ਜੀ ਹੁਸ਼ਿਆਰਪੁਰ ਦੀ ਧਰਤੀ ਤੇ ਆਏ, ਇਹ ਥਾਂ ਵੀ ਆਬਾਦ ਸੀ। ਇੱਥੇ ਇੱਕ ਬਹੁਤ ਸੰਘਣਾ ਜੰਗਲ ਹੁੰਦਾ ਸੀ, ਜਿਸ ਜੰਗਲ ਵਿੱਚ ਰਹਿੰਦਿਆਂ ਬਾਬਾ ਜੀ ਨੂੰ ਕਾਫੀ ਸਮਾਂ ਹੋ ਗਿਆ ਸੀ। ਇਸ ਜੰਗਲ ਵਿੱਚ ਇੱਕ ਪ੍ਰੇਤ ਰਹਿੰਦਾ ਸੀ। ਇੱਕ ਮੱਠ ਦੇ ਕੋਲ ਅੰਬ ਦੇ ਦਰਖਤ ਹੇਠਾਂ ਸੰਤ ਜੀ ਭਗਤੀ ਕਰਿਆ ਕਰਦੇ ਸਨ। ਕਈ ਦਿਨਾਂ ਬਾਅਦ ਹਵਾ ਦੇ ਨਾਲ ਟਾਹਣੇ ਹਿੱਲਣ ਲੱਗ ਪਏ, ਰਾਤ ਨੂੰ ਆਵਾਜ਼ਾਂ ਆਉਂਦੀਆਂ, ਪੱਤੇ ਹਿਲਦੇ, ਟਾਹਣੀਆਂ ਟੁੱਟਦੀਆਂ। ਬਾਬਾ ਜੀ ਦੇ ਕੋਲ ਪ੍ਰੇਤ ਬਦਲ ਬਦਲ ਕੇ ਭੈੜੀਆਂ ਸ਼ਕਲਾਂ ਵਿੱਚ ਆਉਂਦਾ। ਬਾਬਾ ਜੀ ਅਡੋਲ ਸਮਾਧੀ ਵਿੱਚ ਬੈਠੇ ਰਹਿੰਦੇ। ਇੱਕ ਦਿਨ ਉਸ ਬਦਰੂ ਨੇ ਵੇਖਿਆ, ਇਹ ਤੇ ਕੋਈ ਪੂਰਨ ਪੁਰਖ ਨੇ। ਫਿਰ ਭਿਆਨਕ ਰੂਪ ਧਾਰ ਕੇ ਰਾਤ ਦੇ ਸਮੇਂ ਵੱਡੇ ਵੱਡੇ ਦੰਦ, ਕਾਲਾ ਸ਼ਾਹ ਰੰਗ, ਖਜੂਰਾਂ ਵਾਂਗ ਸਿੰਘ, ਹੱਥ ਵਿੱਚ ਅੱਗ ਦੀ ਚੁਆਤੀ ਤੇ ਗਲ ਵਿੱਚ ਹੱਡੀਆਂ ਦੀਆਂ ਮਾਲਾ, ਝੋਟਿਆਂ ਦੇ ਸਿਰ ਹੱਥ ਵਿੱਚ ਫੜੇ ਤੇ ਸਿੱਧਾ ਸੰਤਾਂ ਦੇ ਪਾਸ ਆਇਆ। ਜਦੋਂ ਮਹਾਂਪੁਰਖਾਂ ਨੇ ਆਪਣੀ ਨੇਤਰ ਭਰ ਕੇ ਉਸ ਨੂੰ ਵੇਖਿਆ ਤਾਂ ਉਹ ਬੜੇ ਜ਼ੋਰ ਦੀ ਨਾਲ ਹੇਠਾਂ ਨੂੰ ਡਿੱਗਿਆ। ਉਹ ਹੱਥ ਜੋੜ ਕੇ ਬੇਨਤੀਆਂ ਕਰਨ ਲੱਗਾ, ਬਾਬਾ ਜੀ ਮੈਨੂੰ ਬਖਸ਼ ਲਓ, ਬਖਸ਼ ਲਓ। ਸੰਤ ਦਿਆਲੂ ਸੁਭਾਅ ਦੇ ਹੁੰਦੇ ਹਨ। ਉਹ ਪ੍ਰੇਤ ਕਹਿਣ ਲੱਗਾ, ਮੈਨੂੰ ਪ੍ਰੇਤ ਜੂਨੀ ਤੋਂ ਛਡਾਓ। ਫਿਰ ਸੰਤਾਂ ਨੇ ਪੁੱਛਿਆ, ਤੂੰ ਕੌਣ ਹੈ, ਇਸ ਤਰ੍ਹਾਂ ਦੀਆਂ ਹਰਕਤਾਂ ਕਿਉਂ ਕਰਦਾ ਹੈ? ਉਹ ਕਹਿਣ ਲੱਗਾ, ਮਹਾਂਪੁਰਖੋ, ਮੈਂ ਪਟਰਾਣੀ ਪਿੰਡ ਦਾ ਮੁਸਲਮਾਨ ਚੌਧਰੀ ਹਾਂ। ਆਪਣੇ ਸਮੇਂ ਬਹੁਤ ਪਾਪ ਕੀਤੇ ਨੇ, ਹਿੰਦੂਆਂ ਦੀਆਂ ਨੌਵਾਂ ਬੇਟੀਆਂ ਦੀਆਂ ਇੱਜ਼ਤਾਂ ਨਾ ਰਹਿਣ ਦਿੱਤੀਆਂ। ਮੈਂ ਅੱਜ ਉਹਨਾਂ ਪਾਪਾਂ ਦਾ ਕਰਕੇ ਪ੍ਰੇਤ ਬਣ ਗਿਆ ਹਾਂ। ਬਾਬਾ ਜੀ ਮੈਂ ਸਾਰਾ ਦਿਨ ਇੱਧਰ ਉੱਧਰ ਭਟਕਦਾ ਰਹਿੰਦਾ ਹਾਂ। ਦੋ ਤੱਤਾਂ ਦਾ ਮੇਰਾ ਸਰੀਰ ਹੈ, ਹਵਾ ਤੇ ਅੱਗ ਦਾ ਬਣਿਆ। ਅੱਗ ਮੈਨੂੰ ਸਾੜਦੀ ਏ ਤੇ ਹਵਾ ਮੈਨੂੰ ਭਜਾਈ ਫਿਰਦੀ ਹੈ। ਇੱਕ ਮਿੰਟ ਵਿੱਚ ਸਾਰੀ ਧਰਤੀ ਦਾ ਚੱਕਰ ਲਾ ਸਕਦਾ ਹਾਂ। ਮੈਂ ਕਦੇ ਰੱਜ ਕੇ ਨਹੀਂ ਖਾਧਾ, ਸਵਾ ਮਨ ਦੀ ਮੇਰੀ ਭੁੱਖ ਤੇ ਸੂਈ ਦੇ ਨੱਕੇ ਜਿੰਨਾ ਮੇਰਾ ਮੂੰਹ ਹੈ। ਖਾਣ ਵਾਸਤੇ ਮੈਨੂੰ ਲਹੂ, ਮਿੱਝ ਤੇ ਹੱਡੀਆਂ ਮਿਲਦੀਆਂ ਨੇ। ਜੇ ਮੈਨੂੰ ਖਾਣ ਵਾਸਤੇ ਮਿਲ ਜਾਵੇ ਤੇ ਮੇਰੇ ਪਾਸੋਂ ਖਾਧਾ ਨਹੀਂ ਜਾਂਦਾ। ਸੂਈ ਦੇ ਨੱਕੇ ਜਿੰਨਾ ਮੂੰਹ ਹੋਣ ਕਰਕੇ ਮੈਂ ਰੱਜ ਕੇ ਖਾ ਨਹੀਂ ਸਕਦਾ। ਕਹਿਣ ਲੱਗਾ, ਬਾਬਾ ਜੀ ਮੇਰੇ ਉੱਤੇ ਕਿਰਪਾ ਕਰੋ, ਆਪ ਸ਼ਾਹ ਸ਼ਾਹ ਅੱਲਾ ਪਾਕ ਦਾ ਸਰੂਪ ਹੋ। ਬਾਬਾ ਜੀ ਸੁਣ ਕੇ ਹੱਸ ਪਈ। ਉਧਰ ਸਮਾਂ ਰਾਤ ਦੇ 2 ਵਜੇ ਦਾ ਹੋ ਰਿਹਾ ਸੀ। ਸੰਤ ਜੀ ਉਸ ਸਮੇਂ ਇਸ਼ਨਾਨ ਕਰਕੇ ਨਿਤਨੇਮ ਕਰਿਆ ਕਰਦੇ ਸਨ। ਬਾਬਾ ਜੀ ਨੇ ਉੱਠ ਕੇ ਇਸ਼ਨਾਨ ਕੀਤਾ ਤੇ ਉਸ ਰੂਹ ਨੂੰ ਆਪਣੇ ਸਾਹਮਣੇ ਬਿਠਾ ਕੇ ਉਸ ਨੂੰ ਜਪਜੀ ਸਾਹਿਬ ਤੇ ਸੁਖਮਨੀ ਸਾਹਿਬ ਦਾ ਸੰਪੂਰਨ ਪਾਠ ਸੁਣਾਇਆ। 2 ਬਾਣੀਆਂ ਦਾ ਪਾਠ ਸੁਣ ਕੇ ਉਸ ਰੂਹ ਦਾ ਪ੍ਰੇਤ ਜੂਨੀ ਤੋਂ ਛੁਟਕਾਰਾ ਹੋ ਗਿਆ। ਉਹ ਬਿਸ਼ਤਾਂ ਨੂੰ ਚਲਿਆ ਗਿਆ।